150 ਤੋਂ ਉੱਤੇ ਸਵਾਰੀਆਂ ਜਿਹੜੀਆਂ ਧੁੰਨ ਕੇ ਰੱਖੀਆਂ ਹੋਈਆਂ ਸੀ। ਸਵਾਰੀਆਂ ਨੂੰ ਰੋਕਣ ਦਾ ਫਰਜ਼ ਬਣਦਾ ਸੀ ਤੇ ਲੇਡੀ ਸਵਾਰੀਆਂ ਨੂੰ ਜਿਹੜਾ ਲਟਕਾ ਕੇ ਇਹ ਬੱਸ ਭਜਾ ਕੇ ਲੈ ਕੇ ਜਾ ਰਹੇ ਸੀ। ਬੱਸਾਂ ਦੇ ਵਿੱਚ ਜਿਹੜੇ 200 ਸਵਾਰੀਆਂ ਧੁੰਨ ਕੇ ਲੈ ਕੇ ਜਾਂਦੀਆਂ ਨੇ। ਜਦੋਂ ਸਾਡੇ ਵੱਲੋਂ ਉਸ ਬੱਸ ਦੇ ਡਰਾਈਵਰ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਵੀ ਇਹ ਬੱਸ ਇੰਨੀ ਭਰੀ ਕਿਉਂ ਆ ਅਤੇ ਤੁਹਾਡੀਆਂ ਸਵਾਰੀਆਂ ਹਲੇ ਬਾਹਰ ਵੀ ਲਟਕਦੀਆਂ ਨੇ, ਅਤੇ ਇਸ ਤੋਂ ਬਾਅਦ ਉਹਨਾਂ ਦੇ ਨਾਲ ਤੂੰ ਤੂੰ ਮੈਂ ਹੁੰਦੀ ਹੈ। ਸਵਾਰੀ ਚੜਾਉਣ ਲੱਗਿਆ ਕੋਈ ਗਲਤੀ ਕਰੀ ਆ ਉਹ ਬਿਨਾਂ ਤੁਸੀਂ ਲੇਡੀ ਨੂੰ ਲਮਕਾ ਕੇ ਲਿਆ ਲਟਕਦੀਆਂ ਨੇ, ਲੇਡੀ ਨੇ ਲਟਕਦੀਆਂ ਸੀ ਬਾਈ, ਲਟਕਦੀਆਂ ਸੀ ਇਹ ਭਜਾ ਕੇ ਲੈ ਕੇ ਜਾਂਦੇ ਨੇ ਫਿਰ। ਆਉਂਦੇ ਨੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗੱਲ ਸੁਣੀ ਨਹੀਂ ਜਾਂਦੀ, ਸਗੋਂ ਸਾਡਾ ਜਿਹੜਾ ਕੈਮਰਾ ਖੋਲ੍ਹ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ PS ਮੇਅਰ ਜੋ ਕਿ 112 ਦੇ ਨਾਲ ASI ਦੇ ਨਾਲ ਇੱਕ ਸਹਾਇਕ ਹੋਮਗਾਰਡ ਸੀ, PS ਮੇਅਰ ਜਿਸ ਦਾ ਨਾਮ ਸੀ, ਉਸਦੇ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਅਤੇ ਸਾਡਾ ਕੈਮਰਾ ਖੋਲ੍ਹ ਤੋਂ ਬਾਅਦ ਸਾਡੀ ਵੀਡੀਓ ਜਿਹੜੀ ਉਹ ਡਿਲੀਟ ਕੀਤੀ ਜਾਂਦੀ ਹੈ। ਪੁਲਿਸ ਪ੍ਰਸ਼ਾਸਨ ਹੈ ਜਿਹੜਾ ਸੁੱਤਾ ਪਿਆ ਵੀ ਉਹ ਇਹ ਹਰਕਤਾਂ ਜਿਹੜੀਆਂ ਕਰਨ ਤੋਂ ਹਜੇ ਵੀ ਬਾਜ਼ ਨਹੀਂ ਆ ਰਿਹਾ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ। ਦੱਸ ਦਈਏ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਓਵਰਲੋਡਡ ਹੋ ਕੇ ਜਾਂ ਕਹਿ ਲਈਏ 52 ਸੀਟਾਂ ਦੀ ਜਗ੍ਹਾ ਕਹਿ ਲਈਏ ਵੀ 150-150-200 ਸਵਾਰੀਆਂ ਵਿੱਚ ਧੁੰਨ ਕੇ ਲੈ ਕੇ ਜਾਂਦੇ ਨੇ ਅਤੇ ਕਿਤੇ ਨਾ ਕਿਤੇ ਬੱਸ ਦੇ ਨਾਲ ਕੋਈ ਹਾਦਸਾ ਹੁੰਦਾ ਹੈ ਅਤੇ ਫਿਰ ਆਪਾਂ ਸਾਰੇ ਜਣੇ ਉੱਥੇ ਲਿਖਦੇ ਹਾਂ ਕਿ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇਵੇ। ਅਤੇ ਜੇਕਰ ਆਪਾਂ ਇਹ ਹਾਦਸਾ ਹੋਣ ਤੋਂ ਪਹਿਲਾਂ ਆਪਾਂ ਉਹਨਾਂ ਦੇ ਨਾਲ ਕਹਿ ਲਈਏ ਵੀ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਤੇ ਨਾ ਕਿਤੇ ਲੋਕ ਵੀ ਇਸ ਦੇ ਜ਼ਿੰਮੇਦਾਰ ਨੇ ਕਿ ਉਹ ਗੱਲ ਨਹੀਂ ਸੁਣਦੇ। ਅੱਜ ਦੀ ਤਾਜ਼ਾ ਘਟਨਾ ਤੁਹਾਨੂੰ ਦੱਸ ਦੇਵਾਂ ਕਿ ਅੱਜ ਸਵੇਰੇ ਮਲੇਰਕੋਟਲਾ ਤੋਂ ਲੁਧਿਆਣਾ ਜਾ ਰਹੀ ਇੱਕ PRTC ਬੱਸ ਜਿਸ ਦਾ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ, ਜਿਸ ਦੇ ਵਿੱਚ ਤਕਰੀਬਨ 150 ਤੋਂ ਉੱਤੇ ਸਵਾਰੀਆਂ ਜਿਹੜੀਆਂ ਧੁੰਨ ਕੇ ਰੱਖੀਆਂ ਹੋਈਆਂ ਸੀ ਅਤੇ ਜਿਹਦੇ ਵਿੱਚ ਅਸੀਂ ਕਹਿ ਲਈਏ ਵੀ ਅਸੀਂ ਗੱਲਬਾਤ ਕੀਤੀ ਉਹਦੇ ਬਾਹਰ ਵੀ ਸਵਾਰੀਆਂ ਹਲੇ ਲਟਕ ਰਹੀਆਂ ਸੀ। ਜਦੋਂ ਅਸੀਂ ਡਰਾਈਵਰ ਅਤੇ ਕੰਡਕਟਰ ਦੇ ਨਾਲ ਇਸ ਬਾਬਤ ਗੱਲ ਕਰਨੀ ਚਾਹੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਪੱਤਰਕਾਰ ਦੇ ਉੱਤੇ ਇਹ ਐਲੀਗੇਸ਼ਨ ਲਾਏ ਜਾਂਦੇ ਨੇ ਕਿ ਤੂੰ ਬਲੈਕਮੇਲ ਕਰਦਾ ਜਾਂ ਤੈਨੂੰ ਅਥਾਰਟੀ ਕਿਹਨੇ ਦਿੱਤੀ, ਕਿਉਂਕਿ ਪੱਤਰਕਾਰ ਇੱਕ ਕਹਿ ਲਈਏ ਵੀ ਅਜਿਹਾ ਚੌਥਾ ਥੰਮ ਹੈ ਪੱਤਰਕਾਰੀ ਵੀ ਜਿਹੜੀ ਸਮਾਜ ਨੂੰ ਉਹ ਸ਼ੀਸ਼ਾ ਦਿਖਾਉਂਦੀ ਹੈ ਕਿ ਸਮਾਜ ਦੇ ਵਿੱਚ ਵਿਚਰ ਕੀ ਰਿਹਾ। ਸਾਡੀ ਜ਼ਿੰਮੇਦਾਰੀ ਬਣਦੀ ਹੈ ਅਤੇ ਨਾਲ ਨਾਲ ਤੁਹਾਡੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਆਪਾਂ ਵੀ ਮਾੜੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਜੇ ਕਿਸੇ ਨੂੰ ਆਗਾਹ ਕਰੀਏ ਤਾਂ ਉਹ ਪਹਿਲਾਂ ਹੀ ਆਪਾਂ ਦੱਸਣਾ ਆਪਣਾ ਫਰਜ਼ ਬਣਦਾ ਹੁੰਦਾ। ਪਰ ਅੱਜ ਬੱਸ ਦੇ ਡਰਾਈਵਰ ਅਤੇ ਬੱਸ ਕੰਡਕਟਰ ਦੇ ਵੱਲੋਂ ਸਵਾਰੀਆਂ ਨਾਲ ਧੁੰਨੀ ਹੋਈ ਬੱਸ 150 ਤੋਂ ਪਾਰ ਦੀ ਜਿਹੜੀ ਗਿਣਤੀ ਸੀ ਉਸ ਬੱਸ ਦੇ ਵਿੱਚ, ਜਦੋਂ ਸਾਡੇ ਵੱਲੋਂ ਉਸ ਬੱਸ ਦੇ ਡਰਾਈਵਰ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਵੀ ਇਹ ਬੱਸ ਇੰਨੀ ਭਰੀ ਕਿਉਂ ਆ ਅਤੇ ਤੁਹਾਡੀਆਂ ਸਵਾਰੀਆਂ ਹਲੇ ਬਾਹਰ ਵੀ ਲਟਕਦੀਆਂ ਨੇ, ਅਤੇ ਇਸ ਤੋਂ ਬਾਅਦ ਉਹਨਾਂ ਦੇ ਨਾਲ ਤੂੰ ਤੂੰ ਮੈਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ 112 ਕਹਿ ਲਈਏ ਐਮਰਜੈਂਸੀ ਰਿਸਪੋਂਸ ਵਹੀਕਲ ਵੀ ਉੱਥੇ ਪੁਲਿਸ ਮੁਲਾਜ਼ਮ ਪਹੁੰਚਦੇ ਨੇ। ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗੱਲ ਸੁਣੀ ਨਹੀਂ ਜਾਂਦੀ, ਸਗੋਂ ਸਾਡਾ ਜਿਹੜਾ ਕੈਮਰਾ ਖੋਲ੍ਹ ਕੇ ਪੁਲਿਸ ਮੁਲਾਜ਼ਮ ਦੇ ਵੱਲੋਂ PS ਮੇਅਰ ਜੋ ਕਿ 112 ਦੇ ਨਾਲ
ASI ਦੇ ਨਾਲ ਇੱਕ ਸਹਾਇਕ ਹੋਮਗਾਰਡ ਸੀ PS ਮੇਅਰ ਜਿਸ ਦਾ ਨਾਮ ਸੀ ਉਸਦੇ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਅਤੇ ਸਾਡਾ ਕੈਮਰਾ ਖੋਣ ਤੋਂ ਬਾਅਦ ਸਾਡੀ ਵੀਡੀਓ ਜਿਹੜੀ ਉਹ ਡਿਲੀਟ ਕੀਤੀ ਜਾਂਦੀ ਹੈ ਕਿ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਸੁੱਤਾ ਪਿਆ ਵੀ ਉਹ ਇਹ ਹਰਕਤਾਂ ਜਿਹੜੀਆਂ ਕਰਨ ਤੋਂ ਹਜੇ ਵੀ ਬਾਜ਼ ਨਹੀਂ ਆ ਰਿਹਾ। ਇੱਕ ਪੱਤਰਕਾਰ ਦੀ ਜਿਹੜੀ ਆਜ਼ਾਦੀ ਆ ਉਸ ਤੋਂ ਖੋਣ ਦਾ ਇਹਨਾਂ ਕੋਲ ਕੀ ਅਧਿਕਾਰ ਹੈ ਅਤੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ। ਅਸੀਂ ਉਹ ਵੀਡੀਓ ਰਿਕਵਰ ਕੀਤੀ ਹੈ ਅਤੇ ਉਹ ਵੀ ਤੁਹਾਨੂੰ ਜ਼ਰੂਰ ਅਸੀਂ ਚਲਾ ਕੇ ਦਿਖਾਵਾਂਗੇ। ਉਸ ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਵੱਲੋਂ ਨਾ ਕਿ ਕੋਈ ਕੇਸ ਦਰਜ ਹੋਇਆ ਸੀ, ਨਾ ਕੋਈ ਰਿਪੋਰਟ ਲਿਖੀ ਗਈ ਸੀ ਅਤੇ ਉਸ ਪੱਤਰਕਾਰ ਨੂੰ ਸਾਨੂੰ ਕਹਿ ਲਈਏ ਵੀ ਥਾਣੇ ਲਿਜਾਇਆ ਜਾਂਦਾ ਅਤੇ ਥਾਣੇ ਲਿਜਾਣ ਤੋਂ ਬਾਅਦ ਵੀਡੀਓ ਡਿਲੀਟ ਕੀਤੀ ਜਾਂਦੀ ਹੈ ਅਤੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅਤੇ ਫੈਸਲਾ ਤੁਸੀਂ ਕਰਨਾ ਵੀ ਕਮੈਂਟਾਂ ਦੇ ਵਿੱਚ ਤੁਸੀਂ ਵਾਹਿਗੁਰੂ ਲਿਖਣਾ ਜਦੋਂ ਹਾਦਸਾ ਵਾਪਰਦਾ ਜਾਂ ਫਿਰ ਇਹੋ ਜਿਹੇ ਜਿਹੜੇ ਕੰਡਕਟਰ ਅਤੇ ਡਰਾਈਵਰ ਨੇ ਇਹੋ ਜਿਹੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਬਣਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ ਦੇਖੋ ਤੋਂ ਬਣੇ ਰਹੋ ਪੰਜਾਬੀ ਲੋਕ ਦੇ ਨਾਲ। ਮਲੇਰਕੋਟਲਾ ਤੋਂ ਪ੍ਰਕਾਸ਼ ਸ਼ਰਮਾ ਦੀ ਇਹ ਵਿਸ਼ੇਸ਼ ਰਿਪੋਰਟ। ਸਵਾਰੀਆਂ ਨੂੰ ਰੋਕਣ ਦਾ ਫਰਜ਼ ਬਣਦਾ ਸੀ ਅਤੇ ਲੇਡੀ ਸਵਾਰੀਆਂ ਨੂੰ ਜਿਹੜਾ ਲਟਕਾ ਕੇ ਇਹ ਬੱਸ ਭਜਾ ਕੇ ਲੈ ਕੇ ਜਾ ਰਹੇ ਸੀ ਅਤੇ ਬੱਸ ਦਾ ਜਿਹੜਾ ਨੰਬਰ ਆ, ਬੱਸ ਦਾ ਨੰਬਰ ਦੇਖ ਸਕਦੇ ਹੋ ਤੁਸੀਂ, PV13BN। ਬੱਸਾਂ ਦੇ ਵਿੱਚ ਜਿਹੜੇ 200-200 ਸਵਾਰੀਆਂ ਧੁੰਨ ਕੇ ਲੈ ਕੇ ਜਾਂਦੀਆਂ ਨੇ, ਇਹ ਜ਼ਿੰਮੇਦਾਰੀ ਹੋਊ ਕਿਹਦੀ ਹੈ? ਪੱਤਰਕਾਰਾਂ ਨੇ ਜਾ ਕੇ ਕਿਹਾ ਸੀ, ਅਸੀਂ ਤਾਂ ਕਿਹਾ ਨਹੀਂ, ਅਸੀਂ ਕਿਹਾ ਨਹੀਂ ਬਾਈ, ਅਸੀਂ ਕਿਹਾ ਨਹੀਂ। ਇਹ ਤਾਂ ਤੁਸੀਂ ਲੇਡੀ ਨਾਲ ਜਿਹੜਾ ਮਿਸਬਿਹੇਵ ਕਰਦੇ ਹੋ ਉਹ ਵੀ ਸਾਹਮਣੇ ਆਉਂਦਾ, ਲੇਡੀ ਨਾਲ ਜਿਹੜਾ ਮਿਸਬਿਹੇਵ ਕਰਦੇ ਹੋ। ਆਹ ਸਵਾਰੀਆਂ, ਆਹ ਦੇਖ ਲਓ ਰਾਜ ਖੜੀਆਂ ਨੇ, ਰਾਜ ਖੜੀਆਂ ਨੇ, ਲਾ ਲਓ ਤੁਸੀਂ, ਹਾਂ ਤੇ ਦੇਖ ਸਕਦੇ ਹੋ ਇੰਨੀ ਇੰਨੀਆਂ ਸਵਾਰੀਆਂ, 200 ਗਲਤੀ ਕਰੀ ਆ ਉਹ ਵੀਰਾ, ਤੁਸੀਂ ਲੇਡੀ ਨੂੰ ਲਮਕਾ ਕੇ ਬਾਈ ਜੀ ਉੱਤੋਂ ਦੀ ਧਮਕੀਆਂ ਦੇ ਰਹੇ ਨੇ, ਵਿੱਚ 200 ਸਵਾਰੀ ਲੱਦੀ ਹੋਈ ਆ, ਕੌਣ ਜ਼ਿੰਮੇਦਾਰ ਇਹਨਾਂ ਦੀ ਜਾਨ ਦੀ? 200 ਸਵਾਰੀ, 200 ਸਵਾਰੀ, ਤੁਸੀਂ ਬੱਸ ਉੱਥੇ ਰੋਕ ਲੈਂਦੇ ਬਾਈ, ਪਿੱਛੇ ਰੋਕ ਲੈਂਦੇ, ਬਸ ਪਿੱਛੇ ਰੋਕੀ ਦੀ ਭਾਜੀ, ਪਿੱਛੇ ਰੋਕ ਲੈਂਦੇ, ਸਾਰੀਆਂ ਸਵਾਰੀਆਂ ਲਟਕ ਰਿਹਾ। ਉਹ ਬਾਈ ਨੂੰ ਕਿਹਾ ਮੈਂ ਕਿਹਾ ਰੁਕ ਜਾ, ਉਹਨੂੰ ਪੁੱਛ, ਉਹਨੂੰ ਕਿਹਾ ਤੁਹਾਡੇ ਡਰਾਈਵਰ ਨੂੰ ਕਿਹਾ ਮੈਂ ਕਿਹਾ ਰੁਕ ਜਾ ਵੀਰੇ, ਸਵਾਰੀਆਂ ਲਟਕ ਰਹੀਆਂ ਨੇ, ਲਟਕ ਦੀਆਂ ਨੇ ਬਾਈ, ਹੈ ਨਹੀਂ ਸੀ ਲਟਕ, ਲਟਕ ਦੀਆਂ ਨੇ ਲੇਡੀ, ਲਟਕ ਦੀਆਂ ਸੀ ਬਾਈ, ਲਟਕ ਦੀਆਂ ਸੀ, ਇਹ ਭਜਾ ਕੇ ਲੈ ਕੇ ਜਾਂਦੇ ਨੇ ਫਿਰ, ਆਹ 200 ਸਵਾਰੀ ਆ, ਤੁਸੀਂ ਲੈਂਦੇ ਹੋ, ਤੁਸੀਂ ਲੈਂਦੇ ਹੋ, ਚਾਬੀ ਚਾਬੀ ਕੱਢਦੇ ਤੇਰੀ ਹੁਣ, ਕੱਢਦਾ ਯਾਰ, ਕੱਢਦਾ ਉਹੀ ਤਾਂ ਗੱਲ ਆ ਲੇਡੀ, ਵੀਰੇ ਅਸੀਂ ਇਹ ਤੇਰੇ ਦੁਸ਼ਮਣ ਦੀ ਗੱਲ ਸੁਣ ਲੈ, ਲੇਡੀ ਨੂੰ ਲੱਗ ਗਈ ਸਾਨੂੰ ਦੁੱਖ ਹੁੰਦਾ, ਫਿਰ ਲੇਟ ਜੇ ਲੜ ਸੀ ਕਰਾਇਆ ਨਹੀਂ ਲੈ ਸਕਦੇ ਜੀ, ਗਵਰਨਮੈਂਟ ਨੇ ਮਾਫ ਕਰਿਆ, ਰੋਕ ਸਵਾਰੀ ਲਾਈ ਹੈ ਬੜੇ ਤੇ ਬਾਈ, ਅਗਰ ਸਵਾਰੀ ਲਾਈ ਹੈ ਜਿਹੜੀ ਸਵਾਰੀ ਮੰਗ ਰੋਈ ਉਹਨੂੰ ਲਾਹਾਂਗੇ ਲੈ ਕੇ, ਸੁਣੇ ਕੌਣ ਸੁਣਾਵੇ ਗੱਲ ਕਿਹਨੇ, ਹੋਰ ਸੁਣਾ ਕਿਸੇ ਨੂੰ ਆਵਾਜ਼ ਦਾ ਮਾਰੀ ਜਾਂਦੇ ਚੜ ਜਾਓ, ਤੈਨੂੰ ਰੋਕ ਕੇ ਕਿਹਾ ਵੀ ਬਾਈ ਸਵਾਰੀ ਲੱਗੀ ਆ, ਬਾਈ ਨੇ ਸਵਾਰੀ ਵੀਰ ਮੇਰੇ ਵੀਡੀਓ ਬਣਾਉਣ ਲੱਗੇ, ਵੀਰੇ ਪਹਿਲਾਂ ਸਵਾਰੀ ਆਈ ਉਹਨੂੰ ਲਾਹਾਂਗੇ, ਸਵਾਰੀ ਲਾਹ ਰਹੇ ਹੈ ਮੇਰੇ, ਕੋਈ ਦੁੱਖ
ਨਹੀਂ ਭਾਈ ਮੈਂ ਤੈਨੂੰ ਪਹਿਲਾਂ ਕਹਿੰਦਾ ਮੇਰੇ ਨਾਲ ਜਿਹੜਾ ਤੂੰ ਕਹਿੰਦਾ ਪੱਤਰਕਾਰ ਇਹ ਨਹੀਂ ਹੁੰਦਾ ਸਾਡੀ ਵੀ ਡਿਊਟੀ ਆ ਛੋਟੀ ਵੀ ਡਿਊਟੀ ਸਮਝੋ ਸਾਡੀ ਵੀ ਡਿਊਟੀ ਆ ਤੁਸੀਂ ਵੀ ਸੇਵਾ ਕਰਦੇ ਬਾਈ ਜੀ ਸਾਰਾ ਦਿਨ ਹਾਂ ਲੋਕਾਂ ਦੀ ਸੇਵਾ ਕਰਦੇ ਅਸੀਂ ਵੀ ਕਰਦੇ ਆ ਸਾਨੂੰ ਕੀ ਤਨਖਾਹ ਨਹੀਂ ਲੱਗੀ ਆ ਉਹ ਸਾਡਾ ਮੁੰਡਾ ਮਰੇ ਪਿਓ ਦੇ ਬਾਰੇ ਵੀ ਪਾਇਆ ਆ ਮਾਰ ਕੇ ਉਹ ਪਿਆ ਦਬਾਓ ਸਾਨੂੰ ਕੁਛ ਤਾਂ ਮੁੰਡਾ ਕੱਲ ਡਿਊਟੀ ਤੇ ਦਾ ਮਰਿਆ ਆ ਗੱਲ ਹੁੰਦੀ ਹੈ ਬਾਈ ਜੀ ਸਾਡਾ ਮੁੰਡਾ ਕੱਲ ਡਿਊਟੀ ਤੇ ਮਰਿਆ ਐਕਸੀਡੈਂਟ ਹੋਇਆ ਉਹਦੇ ਬਾਰੇ ਵੀ ਪਾਓ ਤੁਸੀਂ ਪੱਤਰਕਾਰ ਬੋਲੋ ਉਹਦੇ ਬਾਰੇ ਵੀ ਪੱਤਰਕਾਰ ਬੱਸਾਂ ਦੀ ਗਿਣਤੀ ਬਣਾਓ ਨਾ ਬੱਸਾਂ ਦੀ ਗਿਣਤੀ ਸਰਕਾਰ ਨੂੰ ਕਹੋ ਬੱਸਾਂ ਪਾਓ ਤਿੰਨ ਟਾਈਮ ਛੁੱਟੀ ਵਧਾਉਣੀ ਆ ਤਿੰਨ ਟਾਈਮ ਤੂੰ ਬੋਲ 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 ਤਿੰਨ ਟਾਈਮ ਇਸ ਪੂਰੇ ਤਿੰਨ ਟਾਈਮ ਇਸ ਨੇ ਤਿੰਨ ਟਾਈਮ ਇਸ ਨੇ ਸਰਕਾਰ ਤੋਂ ਕੀ ਮੰਗਾ ਸਰਕਾਰ ਤੋਂ ਮੰਗਾ ਬੱਸਾਂ ਦੀ ਗਿਣਤੀ ਵਧਾਓ ਹਾਂ ਬੱਸਾਂ ਦੀ ਗਿਣਤੀ ਵਧਾਓ ਨਾ ਫਿਰ ਬੱਸਾਂ ਦੇ ਵਿੱਚ 200 ਸਵਾਰੀ ਕਿਵੇਂ ਲੈ ਕੇ ਜਾਂਦੇ ਹੋ ਤੁਸੀਂ ਵੀਰੇ ਮੇਰੇ ਨਹੀਂ ਮਾਰੇ ਕਰਦੇ ਨਹੀਂ ਤੂੰ ਜਾਂਦੇ ਤੋ ਉਦੋਂ ਮੇਰੇ ਨੂੰ ਸਾਡਾ ਸੀ ਨਾ ਰੋਕੋ ਜੇ ਤੁਹਾਨੂੰ ਪਤਾ ਬੱਸ ਬੋਲੇ ਨਾ ਰੋਕੋ ਤੁਸੀਂ ਇੱਧਰ ਗੱਲ ਕਰੋ ਬੱਸ ਕਿਉਂ ਮੈਂ ਰੋਕ ਕਿਉਂ ਨਾ ਰੋਕੋ ਭਾਈ ਉਹਨਾਂ ਦੇ ਮੋਢੇ ਤੇ ਕੀ ਚਲਾਉਣਾ ਕਿਹਦਾ ਰੋਕਣਾ ਦੱਸੋ ਬਸ ਫਿਰ ਇਹ ਨਹੀਂ ਸਮਝਦੀਆਂ ਪੰਜ ਲੰਗੀਆਂ ਗੱਲ ਦੱਸੋ ਫਿਰ ਇਹ ਜਾਣਾਂਗੇ ਜੇ ਕੰਮ ਤੇ ਜਾਣਾਂਗੇ ਤਾਂ ਜਾਵਾਂਗੇ ਰੋਕਣਾ ਸਵਾਰੀ 200 ਬੋਲਦਾ 200 ਬੋਲਦਾ 200 ਸਵਾਰੀ ਪਹਿਲੀ ਪਰੀ ਛੋਟੇ ਹਾਂ ਛੋਟੇ ਪੰਜ ਨਹੀਂ ਇੱਕ ਮਿੰਟ ਜੀ ਆਰਾਮ ਨਾਲ ਗੱਲ ਕਰੋ ਸੁਣੇ ਰੋਕ ਆਰਾਮ ਨਾਲ ਹੋਣ ਬਾਈ ਤੂੰ ਆਰਾਮ ਨਾਲ ਆ ਗਿਆ ਨਹੀਂ ਜਾਣਾ ਤੂੰ ਆਰਾਮ ਨਾਲ ਆ ਗਿਆ ਹੁਣ ਕਿਵੇਂ ਆਰਾਮ ਨਾਲ ਆ ਗਿਆ ਛੋਟੇ ਪੰਜ ਰੁਕੀਆਂ ਨਹੀਂ ਅਸੀਂ ਰੋਕ ਕੇ ਗਲਤੀ ਕਰੋ ਵੀਰ ਮੇਰੇ ਆ ਫੜੀ ਓਏ ਆ ਫੜੀ 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 ਆ ਨਹੀਂ ਚੱਲਣ ਵੀਰ ਰੋਕੀ ਨਾ ਬਾਈ ਬਣ ਕੇ ਦੇਖ ਵੀਰਿਆ ਮੇਰੀ ਤੈਨੂੰ ਮੈਂ ਇਹ ਨਹੀਂ ਕਿਹਾ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਬਾਬਾ ਜੀ ਆਪਣੀ ਡਿਊਟੀ ਸਮਝੋ ਸਮਝ ਰਹੇ ਹਾਂ ਡਿਊਟੀ ਆਖੋ ਬਾਈ ਸਾਡਾ ਸਵਾਰੀਆਂ ਨੇ ਬੰਦ ਕਰ ਦਿੱਤਾ ਇੱਧਰ ਗੱਲ ਕਰੋ ਵੀਰੇ ਸਾਡਾ ਸਵਾਰੀ ਨਾ ਗੱਲ ਕਰੋ ਸਵਾਰੀ ਨਾ ਲੈ ਆਦਾ ਵਿਊ ਹੁਣ ਲੈ ਹੁਣ ਲੈ ਇੱਧਰ ਕਹਿੰਦੇ ਯਾਰ ਇਹਦੀ ਪ੍ਰਾਈਵੇਟ ਡਿਊਟੀ ਵਾਲੇ ਆ ਸਾਡੀ ਦਿਹਾੜੀ ਦਵਾਏਗਾ ਅੱਜ ਪੂਰੇ ਟਾਈਮ ਖਰਾਬ ਕਰ ਰਹੇ ਯਾਰ 200 ਰੁਪਇਆ ਲੱਦ ਕੇ ਲੈ ਕੇ ਜਾਣਾ ਸਹੀ ਆ ਯਾਰ ਲੱਦ ਕੇ ਫਿਰ ਬੱਸਾਂ ਤੋਂ ਰਹਿ ਨਹੀਂ ਬੱਸਾਂ ਤੋਂ ਰਹਿ ਨਹੀਂ ਹੋਰ ਲੈ ਕੇ ਬੱਸਾਂ ਪਾਓ ਨਾ ਕਿਹੜੀ ਬੱਸ ਰੁਕੀ ਆ ਮੈਂ ਪਾਉਣੀ ਆ ਯਾਰ ਇੱਕ ਬੱਸ ਰੁਕੀ ਆ ਤੁਸੀਂ ਚੜ੍ਹ ਦੋ ਜਿਹੜਾ ਵੀਰੇ ਚੜ੍ਹ ਗਿਆ ਜਿਹੜਾ ਨਹੀਂ ਚੜ੍ਹਿਆ ਰਹਿ ਗਿਆ ਨਾ ਰੋਕੋ ਬਾਈ ਮੈਂ ਇਹ ਕਹਿ ਰਿਹਾ ਨਾ ਰੋਕੋ 200 ਸਵਾਰੀ ਪਹਿਲਾਂ ਰੁੱਡ ਵਿੱਚ ਸਟਾਪ ਆ ਰੁਕੂਗੀ ਜਿਹਨੇ ਉਤਰਨਾ ਤਾਂ ਉਤਰੂਗਾ ਨਾ 200 ਸਵਾਰੀ ਪਹਿਲਾਂ ਬੱਚਾ ਵੀਰੇ ਜਿਹਨੇ ਉਤਰਨਾ ਉਹਨਾਂ ਵਾਲੀ ਸਵਾਰੀ ਨੂੰ ਲਾਹਾਂਗੇ ਉਤਰਨੇ ਵਾਲੀ ਸਵਾਰੀ ਨੂੰ ਤਾਂ ਅਸੀਂ ਲਾਹਾਂਗੇ ਲਾਹਾਂਗੇ ਸਾਡੀ ਜ਼ਿੰਮੇਵਾਰੀ ਅਸੀਂ ਟਿਕਟ ਕੱਟੀ ਆ ਪਿੱਛੇ ਲਾ ਦਿਓ ਅੱਗੇ ਬਹੁਤ ਅੱਗੇ ਲਾਹੀ ਹੈ ਜੀ ਪਿੱਛੇ ਲਾ ਰਹੇ ਪਿੱਛੇ ਲਾ ਰਹੇ ਤੇ ਪਿੱਛੇ ਲਾ ਰਹੇ ਜੀ ਉਹ ਜਿਹੜਾ ਪਕੜੀ ਨਹੀਂ ਭਾਈ ਜਿੰਨੇ ਕਰਾਇਆ ਆ ਗੁਰਦੁਆਰਾ ਸਾਹਿਬ ਦੇ ਮੂਹਰੇ ਲਾ ਕੇ ਸਵਾਰੀਆਂ ਭੱਜ ਕੇ ਗਈਆਂ ਜੇ ਤਾਂ ਕੋਈ ਸਵਾਰੀ ਡੇਗੀ ਅਸੀਂ ਜੇ ਤਾਂ ਅਸੀਂ ਜੇ ਕੋਈ ਸਵਾਰੀ ਡੇਗੀ ਆ ਤੂੰ ਉਹ ਦੱਸ ਜੇ ਕੋਈ ਅਸੀਂ ਗਲਤੀ ਕਰੀਏ ਤੂੰ ਉਹ ਦੱਸ ਅੱਗੇ ਤੋਂ ਠੀਕ ਹੈ ਜੇ ਕੋਈ ਗਲਤੀ ਕਰੀਏ ਉਹ ਦੱਸ ਸਵਾਰੀ ਡੇਗੀ ਆ ਤਾਂ ਦੱਸ ਠੀਕ ਹੈ ਜੇ ਕੋਈ ਸਵਾਰੀ ਤੂੰ ਬਣਾ ਜੇ ਕੋਈ ਸਵਾਰੀ ਡੇਗੀ ਆ ਤਾਂ ਉਹ ਦੱਸ ਲੋਕਲੀਆਂ ਕੋਈ ਨਾ ਬਣਾਈ